ਮੇਰੇ ਵੱਲੋਂ ਯਾਨੀ ਰੇਡੀਓ ਜੋਕੀ ਜੱਸੀ ਦੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੈਂ ਸਮੁੰਦਰਾਂ ਤੋਂ ਸਿੱਖਿਆ ਹੈ ਜਿਉਣ ਦਾ ਸਲੀਕਾ ਮੈਂ ਸਮੁੰਦਰਾਂ ਤੋਂ ਸਿੱਖਿਆ ਹੈ ਜਿਉਣ ਦਾ ਸਲੀਕਾ ਚੁੱਪ ਚਾਪ ਵਹਿਣਾ ਆਪਣੀ ਮੋਜ ਵਿੱਚ ਰਹਿਣਾ ਔਰ ਐਸੀ ਹੀ ਸ਼ਖਸੀਅਤ ਆਪਣੇ ਨਾਲ ਹੈ ਜਿਹੜੀ ਚੁੱਪਚਾਪ ਰਵਾਨਗੀ ਦੇ ਨਾਲ ਸਟਰਗਲ ਕਰਦੀ ਹੋਈ ਵਹਿ ਰਹੀ ਹੈ ਔਰ ਆਪਣੀ ਮੋਜ ਵਿੱਚ ਰਹਿ ਰਹੀ ਹੈ ਆਪਣੇ ਨਾਲ ਉਹ ਬੰਬ ਮੁੰਡਾ ਹੈ ਜੀ ਜਿਹਦੇ ਬੰਬ ਗਾਣੇ ਹੈ ਬੰਬ ਜੱਟ ਬੰਬ ਪਰਸਨੈਲਿਟੀ ਬੰਬ ਆਵਾਜ਼ ਯਾਨੀ ਕਿ ਅਮਰਤਮਾਨ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਹੁਤ ਵਧੀਆ ਤੁਸੀਂ ਸੁਣਾਓ ਕਹਿਮ ਹੋ ਬਹੁਤ ਵਧੀਆ ਬਹੁਤ ਵਧੀਆ ਜੇ ਮੈਂ ਕਹਾ ਅਮਰਤਮਾਨ ਜ਼ਿੰਦਗੀ ਨੂੰ ਇਸ ਵਕਤ 뮤ਜ਼ਿਕ ਦੇ ਤੌਰ ਤੇ ਮਾਨ ਰਿਹਾ ਹਾਂ ਪੂਰਾ ਬਹੁਤ ਜ਼ਿਆਦਾ ਜੀ ਬਹੁਤ ਵਧੀਆ ਮਾਲਕ ਦਾ ਸ਼ੁਕਰੀਆ ਦਾ ਕਰੀਦਾ ਸਵੇਰੇ ਸ਼ਾਮ ਕਿ ਇੰਨੀ ਆਬਾਦੀ ਚੋਂ ਸਾਨੂੰ ਚੁਣਿਆ ਕਿ ਸਾਨੂੰ ਲੋਕ ਪਿਆਰ ਕਰਦੇ ਐ ਨਾ ਚਾਹੁੰਦੇ ਐ ਤੇ ਅਮਰਤ ਨੂੰ ਅਮਰਤ ਮਾਨ ਬਣਾਇਆ ਸੋ ਇੰਜੋਏ ਕਰ ਰਹੇ ਆ ਜੀ ਹਾਰਡਵਰਕ ਨਾਲ ਨਾਲ ਚੱਲੀ ਜਾਂਦਾ ਤੇ ਅਮਰਤ ਤੁਹਾਡੀ ਅੱਜ ਦੀ ਸਕਸੈਸ ਨੂੰ ਤਾਂ ਲੋਕ ਜਾਣਦੇ ਆ ਲੈ ਜੀ ਅਮਰਤ ਮਾਨ ਉਹ ਮੁੰਡਾ ਆ ਗਾਣਾ ਗਾਇਆ ਆ ਨਚਾਉਂਦਾ ਜੀ ਨਜ਼ਾਰੇਦਾਰ ਪਰ ਅਮਰਤ ਦੇ ਉਹ ਦਿਨ ਸ਼ਾਇਦ ਹੀ ਕੋਈ ਜਾਣਦਾ ਜਦੋਂ ਅਮਰਤ ਨੇ ਵੀ ਰਗੜਾਂ ਖਾਧੀਆਂ ਆ ਅਮਰਤ ਵੀ ਇਹ ਲੱਭਦਾ ਸੀਗਾ ਕਿ ਯਾਰ ਕੋਈ ਸਹੀ ਟਰੈਕ ਮਿਲੇ ਔਰ ਉਹ ਜਿਹੜਾ ਦੌਰ ਹੈ ਸਟਰਗਲ ਦਾ ਦੌਰ ਜੇ ਮੈਂ ਤੁਹਾਡੇ ਉਹ ਦਿਨਾਂ ਦੀ ਗੱਲ ਕਰਦਾ ਹੋਇਆ ਤੁਹਾਨੂੰ ਮੈਂ ਇਹ ਪੁੱਛਾਂ ਕਿ ਕਿਹੜਾ ਔਖਾ ਦੌਰ ਅਮਰਿਤ ਲਈ ਐਸਾ ਰਿਹਾ ਹੈ ਜਦੋਂ ਅਮਰਿਤ ਅੱਜ ਵੀ ਯਾਦ ਕਰਦਾ ਤਾਂ ਬਾਬੇ ਦਾ ਸ਼ੁਕਰ ਕਰਦਾ ਰੱਬਾ ਤੂੰ ਸਾਨੂੰ ਮਤਲਬ ਸਕਸੈਸ ਵੱਲ ਨੂੰ ਲੈ ਗਿਆ ਕਿਹੜੇ ਔਖੇ ਦੌਰ ਚੋਂ ਗੁਜ਼ਰਿਆ ਅਮਰਿਤ ਉਹ ਦੌਰ ਸੀਗਾ ਜੀ ਮੈਨੂੰ ਲੱਗਦਾ 2014 ਦੇ ਵਿੱਚ 13 14 ਉਹ ਇੰਨਾ ਦਾ ਸੀਗਾ ਕਿ ਇੱਕ ਤਾਂ ਇੱਕ ਸਾਡੇ ਉਦੋਂ ਸੋਸਾਇਟੀ ਦੇ ਵਿੱਚ ਇੱਥੇ ਅਸੀਂ ਰਹਿੰਦੇ ਸੀ ਇੱਕ ਫਲੈਟਸ ਦੇ ਵਿੱਚ ਉੱਥੇ ਮੇਰਾਉਣਾ ਜਾਣਾ ਹੁੰਦਾ ਸੀ ਉਹਨਾਂ ਮਿੱਤਰਾਂ ਕੋਲੇ ਤੇ ਉੱਥੇ ਆਰਟਿਸਟ 2 4 ਹੋਰ ਸੀਗੇ ਜਿਨਾਂ ਦੇ ਫਲੈਟ ਹੁੰਦੇ ਸੀ ਤੇ ਉੱਥੇ ਬੜੀ ਭੀੜ ਲੱਗੀ ਰਹਿਣੀ ਲਾਈਕ ਥੱਲੇ ਲੋਕਾਂ ਦੀ ਤਾਂ ਮੈਂ ਉੱਪਰ ਬਾਲਕਨੀ ਤੇ ਖੜਕੇ ਦੇਖਿਆ ਕਰਨਾ ਮੈਂ ਕਿਹਾ ਯਾਰ ਕਿਤੇ ਆਪਣੇ ਫਲੈਟ ਥੱਲੇ ਵੀ ਲੋਕ ਆਇਆ ਕਰਨਗੇ ਓਏ ਹੋਏ ਤੇ ਵੀ ਮਤਲਬ ਨਾਲ ਦੇ ਨੂੰ ਕਿਆ ਕਰਨਾ ਕਿ ਯਾਰ ਕਿਤੇ ਆਪਣੇ ਥੱਲੇ ਵੀ ਲੋਕ ਵੇਟ ਕਰਿਆ ਕਰਨਗੇ ਵੀ ਯਾਰ ਮੈਂ ਕਿਹਾ ਆਪਾਂ ਵੇਟ ਨਹੀਂ ਕਰਾਇਆ ਕਰਨੀ ਮੈਂ ਕਿਹਾ ਇਹ ਇੱਕ ਆਢੀ ਤਰ੍ਹਾਂ ਦੀ ਫੀਲ ਹੈ ਤਾਂ ਉਹ ਦਿਨ ਜਦੋਂ ਅੱਜ ਯਾਦ ਕਰਦੇ ਹਾਂ ਖੁਸ਼ੀ ਹੁੰਦੀ ਹੈ 2014 ਦੇ ਵਿੱਚ ਮੈਂ ਇਥੇ ਦੱਸਣਾ ਚਾਹੁੰਗਾ ਮੇਰੇ ਮਦਰ ਥੋੜੇ ਜੇ ਢੱਲੇ ਸੀਗੇ ਲਾਈਕ ਥੋੜੇ ਜੇ ਬਿਮਾਰ ਸੀਗੇ ਉਦੋਂ ਫੈਮਿਲੀ ਲਾਈਕ ਮਮ ਟੀਚਰ ਨੇ ਡੈਡ ਟੀਚਰ ਨੇ ਉਹ ਥੋੜੇ ਜਿਹੇ ਢਲੇ ਸੀਗੇ ਉਹ ਦਿਨ ਥੋੜੇ ਜਿ ਔਖੇ ਸੀਗੇ ਇਧਰੋਂ ਮੇਰੀ ਡਿਗਰੀ ਵੀ ਕੰਪਲੀਟ ਹੋ ਚੁੱਕੀ ਸੀ ਜੌਬ ਮੈਂ ਕਰਨਾ ਨਹੀਂ ਸੀ ਚਾਹੁੰਦਾ ਕਿਉਂਕਿ ਮੇਰੀ ਇੱਕ ਬੰਦੇ ਦੇ ਹੁੰਦਾ ਅੰਦਰੋਂ ਕਿ ਕੁਝ ਹੋਰ ਕਰੀਏ ਮੈਂ ਇਧਰ ਟਰਾਈ ਕਰ ਰਿਹਾ ਸੀਗਾ ਫੈਮਿਲੀ ਵੱਲੋਂ ਕੋਈ ਸਪੋਰਟ ਨਹੀਂ ਸੀ ਉਹ ਨਹੀਂ ਸਿਚਾਉਂਦੇ ਮੈਂ ਇਧਰ ਜਾਵਾਂ ਉਹਨਾਂ ਨੂੰ ਐਸੀ ਜਿਹੜੀ ਚੀਜ਼ ਦੀ ਪੜ੍ਹਾਈ ਕੀਤੀ ਆ ਉਸ ਚੀਜ਼ ਦੀ ਜੌਬ ਹੋਵੇ ਉਹ ਇੱਕ ਸਾਲ ਜਿਹੜਾ ਸੀਗਾ ਉਹ ਥੋੜਾ ਜਿਹਾ ਔਖਾ ਜ਼ਰੂਰ ਰਿਹਾ ਪਰ ਮਾਲਕ ਤੇ ਡੋਰੀਆਂ ਰੱਖੀਆਂ ਜੀ ਅਸੀਂ ਤੁਹਾਡੇ ਸਾਹਮਣੇ ਬੈਠੇ ਆ ਬਹੁਤ ਸਹੀ ਅੱਛਾ ਵੈਸੇ ਇਹ ਕਹਿੰਦੇ ਹੁੰਦੇ ਐ ਹਾਂਜੀ ਅਮਰਤ ਪਤਾ ਨਹੀਂ ਕਿੰਨਾ ਕਿ ਇਹਦੇ ਨਾਲ ਐਗਰੀ ਕਰੂਆ ਇਹ ਕਹਿੰਦੇ ਹੁੰਦੇ ਆ ਕਿ ਸਿੰਗਰਾਂ ਦੀ ਪੜਾਈ ਨਾਲ ਬਹੁਤੀ ਬਣਦੀ ਨਹੀਂ ਅਮਰਤ ਦੀ ਕਿੰਨੀ ਕੁ ਬਣੀ ਮੇਰੀ ਠੀਕ ਤਰ੍ਹਾਂ ਬਣੀ ਬਣੀ ਵੀ ਤੇ ਨਹੀਂ ਵੀ ਮਤਲਬ ਇੰਨੇ ਮਾੜੇ ਸਟੂਡੈਂਟ ਵੀ ਨਹੀਂ ਸੀ ਹਾਂ ਬਹੁਤੇ ਚੰਗੇ ਵੀ ਨਹੀਂ ਸੀ ਵਿਚ ਵਿਚਾਲੇ ਜਿਆ ਸੀਗਾ ਪਾਸ ਹੁਣ ਜੋਗਾ ਪੜ ਲੈਂਦੇ ਅੱਛਾ ਹਾਂ 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 ਦੀ ਆਂਦੀ ਆਂਦੇ ਜਦੋਂ ਰਿਜ਼ਲਟ ਆਉਂਦਾ ਹੁੰਦਾ ਸੀਗਾ ਸਕੂਲ ਕਾਲਜ ਦੇ ਵਿੱਚ ਉਦੋਂ ਅਮਰਤ ਦੇ ਮਨ ਚ ਕੀ ਚੱਲਦਾ ਹੁੰਦਾ ਸੀਗਾ ਕਿ ਬਾਪਾ ਪਾਸ ਕਰਾ ਦੀ ਜਾਂ ਬਾਪਾ ਮੈਰਿਟ ਚ ਲਿਆ ਦੀ ਮੈਨੂੰ ਸਭ ਤੋਂ ਵੱਧ ਮੈਨੂੰ ਅੱਜ ਵੀ ਯਾਦ ਆ ਮੇਰਾ ਨਾ ਪਲੱਸ 2 ਦਾ ਆਉਣਾ ਸੀ ਰਿਜ਼ਲਟ ਨਾਨ ਮੈਡੀਕਲ ਸੀ ਮੇਰੇ ਕੋਲ ਅੱਛਾ ਮੈਨੂੰ ਬੜਾ ਖਤਰਾ ਸੀਗਾ ਮੈਂ 1000 ਕਿਤੇ ਪਟਾਕਾ ਨਾ ਪੈ ਜਾਏ ਉਦੋਂ ਮੇਰਾ ਕਿਉਂਕਿ ਮੈਥਮੈਟਿਕਸ ਵੀਕ ਸੀਗਾ ਸ਼ੁਰੂ ਤੋਂ ਤੇ ਫਾਦਰ ਸਾਹਿਬ ਮੈਥਸ ਦੇ ਟੀਚਰ ਆ ਹਾਂ ਤੇ ਮੈਨੂੰ ਡਰ ਆਇਆ ਸੀਗਾ ਕਿ ਯਾਰ ਮੇਰੀ ਇਹਦੇ ਚੋਂ ਐਤਕੀ ਦਾਵਾ ਡੋ ਲੱਗਦੀ ਹੈ ਸਿਚੁਏਸ਼ਨ ਮੈਂ ਤਾਂ ਕੱਲੇ ਮੈਥ ਵਾਸਤੇ ਸਭ ਤੋਂ ਸੁੱਖੀ ਗਿਆ ਮੇਰਾ ਉਹ ਕਲੀਅਰ ਹੋ ਜਾਵੇ ਬਾਕੀ ਸਬਜੈਕਟ ਵੀ ਕਲੀਅਰ ਹੋ ਜਾਣਗੇ ਜਦੋਂ ਸਾਈਟ ਤੁਹਾਨੂੰ ਪਤਾ ਹੈਵੀ ਸਾਈਟ ਹੁੰਦੀ ਹੈ ਜਦੋਂ ਰਿਜ਼ਲਟ ਆਉਣਾ ਹੁੰਦਾ ਰੀਫਰੈਸ਼ ਕਰੀ ਗਿਆ ਕਰੀ ਗਿਆ ਕਰੀ ਗਿਆ ਅੱਡੇ ਘੰਟੇ ਬਾਅਦ ਅਸੀਂ ਕਿਤੇ ਕੰਪਿਊਟਰ ਦੇ ਮੂਰੇ ਬਹਿ ਕੇ ਕਿਤੇ ਹੋਇਆ ਉਹੀ ਪੂਰੇ ਪੂਰੇ 33 ਨੰਬਰ ਦੀ ਮੈਦ ਵਿੱਚ ਪਾਸ ਹੋ ਗਿਆ ਆਪਾਂ ਅੱਛਾ ਹਾਂਜੀ ਹਾਂ ਮੈਂ ਤਾਂ ਬਹੁਤ ਮਾੜਾ ਸੀ ਸ਼ੁਰੂ ਤੋਂ ਹੀ ਓਏ ਹਾਂਜੀ ਅੱਛਾ ਅਮਰਤ ਦੇਖੋ ਬਹੁਤ ਘੱਟ ਲੋਕ ਐਸੇ ਹੁੰਦੇ ਐ ਸਿੰਗਿੰਗ ਦੀ ਲਾਈਨ ਦੇ ਵਿੱਚ ਆਰਟਿਸਟ ਬੜੇ ਘੱਟ ਐਸੇ ਹੁੰਦੇ ਐ ਜਿਨ੍ਹਾਂ ਨੂੰ ਪਹਿਲਾ ਹੀ ਗਾਣਾ ਐਸਾ ਮਿਲ ਜੇ ਜਿਹੜਾ ਤਬਾਹੀ ਮਚਾ ਦੇ ਹਾਂਜੀ ਤੁਸੀਂ ਉਸ ਮਾਮਲੇ 'ਚ ਬੜੇ ਲੱਕੀ ਰਹੇ ਹੋ ਹਾਂਜੀ ਹਾਂ ਤੇ ਜੇ ਮੈਂ ਗੱਲ ਕਰਾਂ ਅਮਰਤ ਦਾ ਸਿਰਨਾਵਾ ਐਸਾ ਗਾਣਾ ਜਿਹਤੋਂ ਅਮਰਤ ਪਹਿਚਾਣਿਆ ਗਿਆ ਔਰ ਉਹ ਗਾਣੇ ਤੋਂ ਅਮਰਤ ਪਹਿਚਾਣਿਆ ਗਿਆ ਅਮਰਤ ਉਸ ਗਾਣੇ ਤੋਂ ਪਹਿਚਾਣਿਆ ਗਿਆ ਕਿਹੜੇ ਗਾਣੇ ਨੂੰ ਕ੍ਰੈਡਿਟ ਦੇਓਗੇ ਫੁੱਲ ਔਨ ਸਭ ਤੋਂ ਵੱਧ ਐਸੇ ਲੇਰਸ ਜਿਹਨਾਂ ਇੰਟਰਵਿਊਸ ਜਿਹੜੇ ਜੱਟ ਫੈਅਰ ਕਰਦਾ ਤੋਂ ਲੋਕਾਂ ਨੂੰ ਆਇਆ ਸੀ ਕਿ ਲਿਖਿਆ ਹੋਇਆ ਪਰ ਦੇਸੀ ਦੇ ਡਰਮ ਨੇ ਜੋ ਕੀਤਾ ਹਾਂ ਉਹ ਮੇਰੀ ਜ਼ਿੰਦਗੀ ਦਾ ਮੈਨੂੰ ਟਰਨਿੰਗ ਪੁਆਇੰਟ ਸੀਗਾ ਜੀ ਤੁਹਾਨੂੰ ਤੁਸੀਂ ਮੇਰੇ ਨਾਲ ਮੈਨੂੰ ਲੱਗਦਾ ਸਹਿਮਤ ਹੋਵੋਗੇ ਹਾਂ ਦੇਸੀ ਦਾ ਡਰਮ ਟਰਨਿੰਗ ਪੁਆਇੰਟ ਸੀਗਾ ਜੀ ਉਹਨੇ ਤਖਤਾ ਹੀ ਪਲਟਦਾ ਤੇ ਸਿੰਗਰ ਕਾਣ ਲੱਗ ਗਿਆ ਸੀ ਬਿਲਕੁਲ ਬਿਲਕੁਲ ਤੇ ਗ ਤੇ ਤੇ ਵੀ ਨਜ਼ਾਰਾ ਆਜ ਉਹ ਨਾ ਸੀ ਨਾਰਾਂ ਦਾ ਕਰੇ ਜੇ ਮੁੰਡਾ ਵਾਲਾ ਕੈਂਕ ਸੀ ਨੀ ਦੁੱਕੀ ਦਕੀਤੀ ਜੇ ਦਨ ਦੰਦਾ ਫੈਂਟ ਸੀ ਜਿਹੜਾ ਠੇਕਿਆਂ ਨੂੰ ਕਰਦਾ ਸੀ ਟਿਚਰਾ ਲੋ ਕਿਹੜੇ ਕੰਮ ਨਹੀਂ ਪਉਏ ਜਿੱਡੇ ਕੱਦ ਵਾਲੇ ਡੌਲਗੀਆਂ ਦੇ ਸੀਦਾ ਡਰਮ ਨਹੀਂ ਪਉਏ ਜਿੱਡੇ ਕੱਦ ਵਾਲੇ ਦੋ ਲਗੀਆਂ ਦੇ ਸਿੱਧਾ ਡਰਮ ਨਹੀਂ ਬਹੁਤ ਵਧੀਆ ਅੱਛਾ ਅਮਰਤ ਇੱਕ ਗੱਲ ਜਿਹੜੀ ਅਸੀਂ ਨੋਟ ਕਰਦੇ ਹੁੰਨੇ ਹਾਂ ਪੰਜਾਬ ਦੇ ਵਿੱਚ ਬੜੇ ਆਰਟਿਸਟ ਹੈ ਲੇਕਿਨ ਐਸੇ ਆਰਟਿਸਟ ਬੜੇ ਘੱਟ ਰਹੇ ਹੈ ਜਿਨ੍ਹਾਂ ਦੀ ਸਕਸੈਸ ਟ੍ਰੱਕਾਂ ਦੇ ਉੱਤੇ ਗੱਡੀਆਂ ਦੇ ਉੱਤੇ ਲਾਈਨਾਂ ਲਿਖਣ ਦੇ ਵਿੱਚ ਨਾਮ ਆਇਆ ਹੋਵੇ ਜਿਨ੍ਹਾਂ ਦਾ ਜਿਵੇਂ ਜਿਵੇਂ ਆਪਾਂ ਮਰਮੂਣ ਵਾਰਸ ਹੋਣਾਂ ਦੀ ਗੱਲ ਕਰੇ ਕਿਤੇ ਕਿਤੇ ਬੈ ਕੇ ਸੋਚੀਏ ਮੋ ਗੱਡੀਆਂ ਤੇ ਬਹੁਤ ਬੜਿਆ ਹਾਂ ਯਾ ਆਪਾਂ ਹੋਰ ਵੀ ਬਹੁਤ ਲਾਈਨਾਂ ਐਸੀਆਂ ਪੜੀਆਂ ਦੇਖੀ ਜਾਂ ਛੇੜੀ ਨਾ ਹਨਾ ਯਾ ਹੋਰ ਵੀ ਹਨਾ ਚਮਕੀਲੇ ਸਾਹਬਾਂ ਦੇ ਲੈਣਾ ਬੜੀਆਂ ਹਾਂਜੀ ਹਾਂਜੀ ਅਮਰਤ ਨੂੰ ਅਮਰਤ ਆਪਣੀ ਕਿਹੜੀਆਂ ਲਾਈਨਾਂ ਐਸੀਆਂ ਐ ਜਿਹੜੀਆਂ ਜਾਂ ਤਾਂ ਟ੍ਰੋਲ ਦੇ ਵਿੱਚ ਉਹਨੂੰ ਨਜ਼ਰ ਆਉਂਦੀਆਂ ਜਾਂ ਗੱਡੀਆਂ ਦੇ ਉੱਤੇ ਨਜ਼ਰ ਆਉਂਦੀਆਂ ਕਿਹੜੀਆਂ ਕਿਹੜੀਆਂ ਲਾਈਨਾਂ ਐਸੀਆਂ ਜਦੋਂ ਰੂਹ ਖੁਸ਼ ਹੁੰਦੀ ਐ ਅਮਰਤ ਦੀ ਯਾਰ ਆ ਆ ਨਜ਼ਾਰਾ ਮੈਂ ਉਹ ਲਾਈਨ ਬਹੁਤ ਵਾਰੀ ਦੇਖੀ ਆਪਣੀ ਲਾਈਕ ਲੋਕਾਂ ਨੇ ਮਸ਼ਹੂਰ ਰੱਖੀ ਹੋਣੀ ਐ ਮਿੱਤਰਾਂ ਨੇ ਮੁੱਛ ਰੱਖੀ ਉਹ ਲਾਈਨ ਮੈਂ ਬਹੁਤ ਦੇ ਉਹ ਦੇਖ ਕੇ ਬੜੀ ਖੁਸ਼ੀ ਹੁੰਦੀ ਐ ਔਰ ਔਰ ਇੱਕ ਗੱਲ ਹੋਰ ਦੇਖੋ ਇਹ ਲਾਈਨ ਤੋਂ ਬਾਅਦ ਕਿੰਨੀਆਂ ਕਿੰਨੇ ਟ੍ਰੋਲ ਬਣੇ ਔਰ ਕਿੰਨੀਆਂ ਟੀਸ਼ਰਟਾਂ ਤੇ ਇੱਕ ਪਹਿਚਾਨ ਹੀ ਬਣ ਗਈ ਮੁੱਛ ਦੀ ਬਿਲਕੁਲ ਇੱਕ ਲੋਗੋ ਬਣ ਗਿਆ ਮੁੱਛਾਂ ਦਾ ਰਿਵਾਜ ਆਇਆ ਸਾਰੇ ਲੋਕਾਂ ਨੇ ਪਸੰਦ ਕੀਤੀਆਂ ਤੇ ਮਤਲਬ ਪਹਿਲਾਂ ਮੁੱਛਾਂ ਨਾਲ ਕਿਵੇਂ ਅੰਦਾਜ਼ ਸੀ ਕਿ ਦੇਖਣ ਜਿਹੜਾ ਬੰਦਾ ਮੁੱਛਾ ਰੱਖਦਾ ਸੀ ਯਾਰ ਵੀ ਵੈਲੀ ਜਾ ਜਾਂ ਕੁਝ ਹੋਰ ਅੱਜ ਕੱਲ ਇਹ ਟ੍ਰੈਂਡ ਬਣ ਗਿਆ ਮੁੰਡੇ-ਕੁੰਡੇ ਸਾਰੇ ਰੱਖਦੇ ਆ ਸ਼ੌਕ ਨਾਲ ਰੱਖਦੇ ਆ ਤੇ ਵਧੀਆ ਚੀਜ਼ ਆ ਤੇ ਇਹ ਇਹ ਟ੍ਰੈਂਡ ਦੀ ਮੋਰ ਅਮਰਤਮਾਨ ਦੇ ਉੱਤੇ ਲੱਗੀ ਹੈ ਹੁਣ ਅਮਰਤ ਇਹ ਤਾਂ ਹੀ ਇਹ ਹੁਣ ਇਸ ਲੁੱਕ ਨੂੰ ਚੇਂਜ ਨਹੀਂ ਕਰਦਾ ਯਾ ਐਕਸਪੈਰੀਮੈਂਟ ਹਜੇ ਹੋਰ ਵੀ ਕਰਨੇ ਆ ਦਿਮਾਗ 'ਚ ਹੈਗੇ ਆਏ ਹੁਣ ਮੈਂ ਆਹਲਾ ਟ੍ਰੈਂਡ ਵੀ ਆ ਐਕਸਪੈਰੀਮੈਂਟ ਕਰਨਾ ਇਨਸਾਨ ਜਦੋਂ ਵੀ ਸੋਚਦਾ ਪਲਾਨ ਕਰਦਾ ਉਹ ਆਪਦੇ ਨਾਲ ਦੇ ਨਾਲ ਸਲਾਹ ਕਰਦਾ ਆਪਦੇ ਮਾਈਂਡ 'ਚ ਹਮੇਸ਼ਾ ਨੂੰ ਹਮਾਰਾ ਕੋਈ ਸਹੀ ਸਮਾਂ ਆਵੇ ਜਦੋਂ ਮੈਂ ਕੋਈ ਸਟੈਪ ਲਵਾਂ ਅੱਜ ਦੀ ਘੜੀ ਮਹਾਰਾਜ ਦੀ ਕਿਰਪਾ ਸਭ ਠੀਕ ਜਾ ਰਿਹਾ ਅੱਜ ਦੀ ਘੜੀ ਕੋਈ ਐਸਾ ਫਿਕਰ ਨਹੀਂਗਾ ਦਿਮਾਗ ਨੂੰ ਪਰ 6 ਮਹੀਨੇ ਜਾਂ ਸਾਲ ਤੱਕ ਜਦੋਂ ਮੈਨੂੰ ਲੱਗੂਗਾ ਕਿ ਮੈਨੂੰ ਇੱਕ ਸਾਲ ਤੱਕ ਇਹ ਪ੍ਰੋਬਲਮ ਆ ਸਕਦੀ ਹੈ ਉਦੋਂ ਹੀ ਮੈਂ ਥੋੜਾ ਜਿਹਾ ਥੋੜਾ ਥੋੜਾ ਚੇਂਜ ਕਰ ਸਕਦਾ ਹੂੰ ਮੈਂ ਇਹ ਚੀਜ਼ ਚਾਹੁੰਦਾ ਕਿ ਕੋਈ ਮੂਵੀ ਜਾਂ ਕੋਈ ਚੀਜ਼ ਇਦਾਂ ਦੀ ਆਵੇ ਇਹ ਕੋਈ ਗਾਣਾ ਹੀ ਇਦਾਂ ਦਾ ਹੋਵੇ ਜਿਹੜਾ ਮੈਨੂੰ ਹੈਲਪ ਕਰੇ ਕਿ ਜਿਹਦੇ ਵਿੱਚ ਜੇ ਮੈਂ ਲੁੱਕ ਚੇਂਜ ਕਰਦਾ ਤਾਂ ਉਹ ਜਸਟੀਫਾਈ ਲੱਗੇ ਕਿ ਇਹਨੇ ਲੁੱਕ ਚੇਂਜ ਤਾਂ ਕੀਤੀ ਤਾਂ ਕੀਤੀ ਤਾਂ ਮੈਂ ਸੋਚ ਰਿਹਾ ਮੈਂ ਇੱਕ ਸਹੀ ਮੌਕੇ ਦੀ ਵੇਟ ਕਰ ਰਹੇ ਹਾਂ ਜਿਦੇ ਵਿੱਚ ਵਾਕਈ ਇੱਕ ਜਿਹੜੀ ਲੁੱਕ ਹੈ ਤੁਹਾਨੂੰ ਚੇਂਜ ਕਰਨੀ ਪਊਗੀ ਤੇ ਜੇ ਤੁਸੀਂ ਕਰਦੇ ਹੋ ਤਾਂ ਲੋਕ ਇਹ ਚੀਜ਼ ਸਮਝਣ ਵੀ ਕਰਨੀ ਜ਼ਰੂਰੀ ਸੀ ਹਾਂ ਹਾਂਜੀ ਹਾਂਜੀ ਅੱਛਾ ਜਿਵੇਂ ਅਮਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਆਪਣੇ ਯਾਰਾਂ ਬੇਲੀਆਂ ਦੇ ਨਾਲ ਫਰੈਂਡਸ ਦੇ ਨਾਲ ਰਿਲੇਟਿਵਸ ਦੇ ਨਾਲ ਫੈਮਿਲੀ ਮੈਂਬਰਸ ਦੇ ਨਾਲ ਰਹਿੰਦੇ ਹੋ ਕੀ ਅੱਜ ਦੇ ਟਾਈਮ ਦੇ ਵਿੱਚ ਅਮਰਤਮਨ ਦੀ ਸੋਚ ਦੇ ਵਿੱਚ ਇਹ ਫਰਕ ਆਇਆ ਹੈ ਕਿ ਮੈਂ ਜਿੱਥੋਂ ਵੀ ਗੁਜ਼ਰ ਰਿਹਾ ਹਾਂ ਮੈਂ ਸ਼ਬਦਾਂ ਦੇ ਉੱਤੇ ਧਿਆਨ ਰੱਖਾਂ ਕਿ ਅੱਜ ਕੱਲ ਦੇ ਲੋਕਾਂ ਦੇ ਵਿੱਚ ਕਿਹੜਾ ਸ਼ਬਦ ਜ਼ਿਆਦਾ ਵਰਤ ਰਿਹਾ ਹੈ ਤੇ ਉਹ ਸ਼ਬਦ ਨੂੰ ਲੈ ਕੇ ਫਿਰ ਮੈਂ ਕੋਈ ਗਾਣਾ ਬਣਾਉਂਦਾ ਹੈਗਾ ਮੈਂ ਤਾਂ ਸ਼ਬਦਾਂ ਨੂੰ ਨੋਟਿਸ ਕਰਦਾ ਰਹਿੰਦਾ ਕਰਨਾ ਕਰਨਾ ਜ਼ਰੂਰੀ ਹੈ ਜੀ ਕਰਨਾ ਜ਼ਰੂਰੀ ਵੀ ਹੈ ਕਿਉਂਕਿ ਹੁਣ ਜਾਊਂਗਾ ਹਿਸਾਨ ਦਾ ਗਾਣਾ ਮੈਂ ਉਹਦੇ ਵਿੱਚ ਪਾਇਆ ਬੰਬ ਜੱਟ ਦੇ ਵਿੱਚੋਂ ਲਫ਼ਜ਼ ਪਾਇਆ ਬੀਟਲ ਪਾਈ ਮੈਨੂੰ ਆਇਆ ਸੀਗਾ ਕਿ ਘੱਟ ਯੂਜ਼ ਹੋਏ ਸ਼ਬਦ ਹੈ ਇਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਹੈ ਜੋ ਮੈਨੂੰ ਲੱਗਿਆ ਹਿੱਟ ਫਲॉप ਤਾਂ ਮਹਾਰਾਜ ਦੇ ਹੱਥ 'ਚ ਹੁੰਦਾ ਆਰਟਿਸਟ ਜੋਰ ਲਾ ਸਕਦਾ ਆ ਆਪਣੀ ਦਿਮਾਗ ਨਾਲ ਕੋਈ ਚੀਜ਼ ਬਣਾ ਸਕਦਾ ਮਤਲਬ ਮੇਰਾ ਇਹੋ ਜਿਹਾ ਦਿਮਾਗ ਜ਼ਰੂਰ ਹੁੰਦਾ ਕਿ हटके ਚੀਜ਼ ਕੋਈ ਹੋਵੇ ਕੋਈ ਹੋਰ ਗੱਡੀ ਦੇ ਨਾਮ ਦੀ ਮੈਂ ਪਾ ਸਕਦਾ ਸੀ ਗਾਣੇ ਵਿੱਚ ਜੇ ਮੈਂ ਚਾਹੁੰਦਾ ਪਰ ਮੈਨੂੰ ਜੋੜ ਵਾਲੇ ਸੌਂਦਾਂ ਲੱਗਿਆ ਬਹੁਤ ਘੱਟ ਗਾਣੇ ਦੇ ਚੋਸ ਕੀਤੀ ਹੋਈ ਲਾਈਨ ਹੈ ਕੰਪਨੀ ਦੇ ਨਾਲ ਨਾਲ ਉਹਦੀ ਜੰਗ ਦੀ ਗੱਲ ਕਰਨੀ ਮੁੰਡੇ ਖੁੰਡੇ ਸ਼ੌਂਕੀ ਹੈਗੇ ਆ ਜਿਹੜਾ ਮੋਡੀਫਾਈ ਕਰਵਾ ਕੇ ਤਿਆਰ ਕਰਾਉਂਦੇ ਆ ਉਹਨਾਂ ਦੀਪਾਂ ਬਿੱ ਮੈਂ ਉਹਨਾਂ ਨੂੰ ਟਾਰਗੇਟ ਕੀਤਾ ਮੈਂ ਕਿਹਾ ਵੀ ਇਹ ਪਸੰਦ ਕਰਨਗੇ ਯਾਰ ਗੱਡੀਆਂ-ਗੱਡੀਆਂ ਚਲਾ ਕੇ ਗਾਣੇ ਚਲਾਉਣਗੇ ਸਹੀ ਹੈ ਮਤਲਬ ਕਾਲੀ ਕਮੈਰੋ ਤੁਹਾਡੇ ਮੇਰੇ ਐਗਜ਼ਾਮਪਲ ਕਮੈਰੋ ਇੱਕ ਮੈਂ ਉਹਦੇ ਮਹਿੰਗਾ ਸੀਗਾ ਜਦੋਂ ਕੈਨੇਡਾ ਹਾਂ ਤੇ ਉਹ ਗੱਡੀ ਖੜੀ ਤੇ ਉਹ ਮੋਡੀਫਾਈ ਕੀਤੀ ਹੋਈ ਸੀ ਮੈਨੂੰ ਨਹੀਂ ਸੀ ਪਤਾ origional ਕਮੈਰੋ ਕੋਈ ਹੋਰ ਹੁੰਦੀ ਹੈ ਅੱਛਾ ਮੋਡੀਫਾਈ ਕੀਤੀ ਹੋਈ ਸੀਗੀ ਮੈਂ ਹੋਟਲ ਦੇ ਬਾਹਰ ਆਇਆ ਸਵੇਰ ਦਾ ਮੇਨ ਦਾ 11:00 ਵਜੇ ਦਾ ਟਾਈਮ ਸੀਗਾ ਸਾਡੇ ਕੋਲ ਇੰਟਰਵਿਊ ਸੀਗੀ ਅਸੀਂ ਸ਼ੋਅ ਲਈ ਗਏ ਹੋਏ ਸੀਗੇ ਹਾਂ ਮੈਂ ਬਾਹਰ ਆਇਆ ਤੇ ਇੱਕ ਬਾਰ ਗੱਡੀ ਖੜੀ ਬੜੀ ਉਹਨੇ ਰੇਸ ਦੇ ਕੇ ਕੋਲ ਦੀ ਗੱਡੀ ਤੇ ਬ੍ਰੇਕ ਡ੍ਰਿਫਟ ਕਰਕੇ ਤੇ ਉੱਥੇ ਖੜਾ ਤੀ। ਅੱਛਾ ਕੋਈ ਗੋਰਾ ਸੀਗਾ ਸ਼ੌਂਕੀ ਹੋਣਾ। ਤੇ ਮੈਂ ਦੇਖਿਆ ਉਹਦੇ ਮਖੇਰ ਨਾਮ ਕੀ ਹੈ ਗੱਡੀ ਦਾ? ਪੜੀ। ਜ਼ਬਰਦਸਤ ਗੱਡੀ ਹੈ। ਮੈਂ ਪਿੱਛੇ ਦੇਖਿਆ ਉਹਦੇ ਕਮੈਰੋ ਲਿਖਿਆ ਹੋਇਆ ਸੀ। ਅੱਛਾ ਮੈਂ ਯਾਰ ਇਹ ਗਾਣੇ 'ਚ ਜ਼ਰੂਰ ਪਾਉਣੀ ਪਾਉਣੀ ਹੈ। ਓਏ ਹੋਏ। ਮੈਨੂੰ ਗੱਡੀ ਪਈ ਦੂਜੀ ਮੈਂ ਸੋਚਿਆ ਕਿ ਮੈਂ ਇਹ ਨਹੀਂ ਸੀ ਸੋਚਿਆ ਨੂੰ ਹੁੱਕ ਲਾਈਨ 'ਚ ਰੱਖੂੰਗਾ, ਮੇਨ ਲਾਈਨ 'ਚ। ਮੈਂ ਕਿਹਾ ਕਿਸੇ ਅੰਤਰੇ ਦੇ ਵਿੱਚ ਕਿਸੇ ਉਹਦੇ ਵਿੱਚ ਫਿੱਟ ਕਰ ਦੇਾਂਗੇ ਘੈਂਟ ਨਾਮ ਹੈ ਕਮੈਰ ਦੇਖ ਤੁਸੀਂ ਯਕੀਨ ਨਹੀਂ ਕਰੋਗੇ 19 ਤਰੀਕ ਨੂੰ ਇਹ ਮਤਲਬ ਲਿਖਿਆ ਜੀ ਤੇ ਆਪਣਾ 21 ਤਰੀਕ ਨੂੰ ਮੈਂ ਇਹ ਮਨ ਲਾਉਦਾ ਡੱਬ ਕਰਤਾ ਹਾਂ ਤੇ 26 27 ਦਾ ਅਸੀਂ ਸ਼ੂਟ ਰੱਖ ਲਿਆ ਬਹੁਤ ਸਹੀ ਬਹੁਤ ਸਹੀ 7 8 ਦਿਨਾਂ ਦੇ ਵਿੱਚ ਵਿੱਚ ਗਾਣੇ ਨੇ ਬਣ ਗਏ ਪਤਾ ਹੀ ਮਤਲਬ ਸੋਚਿਆ ਨਹੀਂ ਸੀਗਾ ਕਿ ਗਾਣਾ ਇੰਨਾ ਮਹਾਰਾਜ ਕਿਰਪਾ ਕਰਨਗੇ ਇਸ ਗਾਣੇ ਤੇ ਤੇ ਲੋਕ ਇੰਨਾ ਪਸੰਦ ਕਰਨਗੇ ਮੈਨੂੰ ਮੈਂ ਸਲਾਹ ਲੈਣੀ ਯਾਰਾਂ ਦੋਸਤਾਂ ਤੋਂ ਕਹਣਾ ਯਾਰ ਕਿ ਮੈਰੋ ਕਿਸੇ ਨੇ ਸੁਣਿਆ ਨਹੀਂ ਵਾਸਤਾ ਨਹੀਂ ਐਵੇਂ ਤੂੰ ਪੰਗਾ ਨਾ ਲੈ ਹਾਂ ਵੀ ਤੂੰ ਕੋਈ ਹੋਰ ਗਾਣਾ ਆਪਾਂ ਕਰਦੇ ਆ ਮਨਿਆ ਯਾਰ ਨਵੀਂ ਗੱਲ ਆ ਮਿਊਜ਼ਿਕ ਨਾਲ ਇਹਦੇ ਨਾਲ ਖੇਡ ਕੇ ਦੇਖਦੇ ਆ ਰਦੀਪ ਜੰਡੂਬਾਈ ਨੇ ਬੜਾ ਜ਼ਬਰਦਸਤ ਮਿਊਜ਼ਿਕ ਕੀਤਾ ਬਾਬੇ ਦੀ ਕਿਰਪਾ ਨਾਲ ਜ਼ਬਰਦਸਤ ਲੋਕਾਂ ਨੇ ਬਣਾਇਆ ਪਹਿਲਾਂ ਤਾਂ ਆਪਾਂ ਟਰਾਈ ਕਰਦੇ ਆ ਬਹੁਤ ਕਿਰਪਾ ਰੀ ਮਾਰ ਬਹੁਤ ਸਹੀ ਅੱਛਾ ਜਿਵੇਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਅਨੁਸਾਰ ਜੇ ਅਮਰਤ ਆਪਾਂ ਗੱਲ ਕਰੀਏ ਆਰਟਿਸਟ ਜਦੋਂ ਗਾਣਾ ਕੱਢਦਾ ਕੀ ਲੱਗਦਾ ਹੈ ਅਮਰਤ ਨੂੰ ਕਿ ਕਿੰਨੇ ਕ ਮਹੀਨੇ ਬਾਅਦ ਚਾਹੀਦਾ ਨਹੀਂ ਤਾਂ ਕਿਤੇ ਨਾ ਕਿਤੇ ਹੋਰ ਆਰਟਿਸਟ ਅ ਅੱਗੇ ਨਵੇਂ ਗਾਣੇ ਨੂੰ ਲੈ ਕੇ ਆ ਜਾਂਦੇ ਆ ਕੀ ਮੰਨਦਾ ਕਿ ਅਮਰਦਿੱ ਆਪਣੀ ਸੋਚੀ ਜਾਂਦੀ ਕਿ ਇੰਨੇ ਕ ਟਾਈਮ ਬਾਅਦ ਭਾਈ ਆ ਜਾਣਾ ਅਗਲਾ ਗਾਣਾ ਆ ਜਾਣਾ ਚਾਹੀਦਾ ਮਾਰਕ ਹਾਂਜੀ ਮੇਰੀ ਸੋਚ ਇਹ ਆ ਕਿ ਤੁਸੀਂ ਇਹ ਜ਼ਿਆਦਾ ਲੇਟ ਕਰਦੇ ਹੋ ਤੁਹਾਡੇ ਸਰੋਤੇ ਜਿਹੜੇ ਤੁਹਾਡੀ ਆਡੀਅੰਸ ਜੁੜੀ ਹੁੰਦੀ ਹੈ ਬੜੇ ਮਾਨ ਨਾਲ ਹੂੰ ਉਹ ਵੀ ਐ ਹੁੰਦੇ ਯਾਰ ਕਿ ਕਾਫੀ ਟਾਈਮ ਹੋ ਗਿਆ ਗਾਣਾ ਨਹੀਂ ਆਇਆ ਹਾਂ ਇਹ ਮੈਂ ਦਿਮਾਗ ਚ ਨਹੀਂ ਰੱਖਦਾ ਕਿ ਕੋਈ ਹੋਰ ਆਰਟਿਸਟ ਦਾ ਨਾਮ ਆ ਜਾਵੇ ਕਿਉਂਕਿ ਜਦੋਂ ਸ਼ੁਰੂ ਕੀਤਾ ਸੀ ਉਦੋਂ ਵੀ ਕੱਲੇ ਸੀ ਡਿਫਰੈਂਟ ਤਰੀਕੇ ਨਾਲ ਲੁੱਕ ਵੀ ਡਿਫਰੈਂਟ ਸੀ ਕਿ ਤਾਂ ਉਦੋਂ ਐ ਮਨ ਦੇ ਵਿੱਚ ਸੀਗਾ ਕਿ ਯਾਰ ਕਿਤੇ ਆਇਆ ਨਾ ਹੋ ਜਾਵੇ ਨਾ ਹੋ ਜਾਵੇ ਜੇ ਉਦੋਂ ਰੱਬ ਨੇ ਬਾਹ ਫੜੀ ਤਾਂ ਹੁਣ ਤਾਂ ਇਹ ਹੁੰਦਾ ਕਿ ਚਲੋ ਗਾਣਾ ਜਦੋਂ ਕਰਨਾ ਹੈ ਆਪਦੇ ਸਰੋਤਿਆਂ ਲਈ ਕਰਨਾ ਹੈ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਲੋਕ ਜੋੜਨ ਚ ਚੰਗੀ ਚੀਜ਼ ਕਰੀਏ ਥੋੜਾ ਜਿਹਾ ਮੇਰੇ ਗਾਣੇ ਲੇਟ ਆਉਂਦੇ ਆ ਮੈਨੂੰ ਲੱਗਦਾ 3 ਮਹੀਨਾ ਲੱਗ ਪਿਆ ਜਾਂਦਾ ਪਰ ਹੁਣ ਪਿੱਛੇ ਜੇ ਮੇਰਾ 2 ਮਹੀਨਾ ਤੱਕ ਅਸੀਂ ਗਾਣਾ ਕੱਟਤਾ ਸੀ ਅਗਲਾ ਹੁਣ ਮੈਂ ਪ੍ਰੋਮਿਸ ਕਰਦਾ ਕਿ 2 ਕੁ ਮਹੀਨਿਆਂ ਬਾਅਦ ਦੋ ਸਵਾ ਦੋ ਮਹੀਨੇ ਬਾਅਦ ਆਪਾਂ ਗਾਣਾ ਕਢ ਦਿਆ ਕਰਾਂਗੇ ਬਹੁਤ ਸਹੀ ਅਤੇ ਅਮਰ ਜਿਵੇਂ ਦੀ ਤੁਹਾਡੀ ਆਵਾਜ਼ ਹੈ ਪਰਸਨੈਲਿਟੀ ਹੈ ਜਿਵੇਂ ਪੁੱਛਿਆ ਅਮਰਤ ਕੀ ਦੇ ਗਾਣੇ ਤੁਹਾਡੀ ਗੱਡੀ ਚ ਸਭ ਤੋਂ ਵੱਧ ਵੱਜੇ ਹੈ ਤੇ ਰਿਪੀਟ ਤੇ ਵੱਜੇ ਹੈ ਕਿਹੜਾ ਆਰਟਿਸਟ ਮੇਰੇ ਗੱਡੀ ਦੇ ਵਿੱਚ ਕੁਲਵਿੰਦਰ ਢਿੱਲੋਂ ਬਾਈ ਦੇ ਗਾਣੇ ਬਹੁਤ ਸੁਣਦਾ ਤੇ ਹਰਜੀ ਸਰਮਣ ਬਾਈ ਦੇ ਗਾਣੇ ਵੀ ਬਹੁਤ ਸੁਣਦਾ ਹਾਲਾਂਕਿ ਮੇਰੀ ਪਰਸਨੈਲਿਟੀ ਤੋਂ ਡਿਫਰੈਂਟ ਨੇ ਗਾਣੇ ਪਰ ਉਹਨਾਂ ਦੀ ਆਵਾਜ਼ ਬੰਨ ਨੂੰ ਬੜੀ ਕੰਨਾਂ ਨੂੰ ਸਕੂਨ ਦਿੰਦੀ ਹੈ ਤੇ ਕੁਲਵਿੰਦਰ ਭਾਈ ਦੇ ਗਾਣੇ ਤੁਸੀਂ ਆਪਣੇ ਲਾਈਵ ਸ਼ੋਅ ਦੇ ਵਿੱਚ ਵੀ ਗਾਉਣਾ ਜੀ ਗਾਉਣਾ ਗਾਉਣਾ ਲਾਜ਼ਮੀ ਇੱਕ ਟ੍ਰਿ ਜਿਨ੍ਹਾਂ ਤੁਸੀਂ ਦੇਖਿਆ ਹੋਵੇ ਕਿਉਂਕਿ ਉਹਨਾਂ ਟਾਈਮਾਂ 'ਚ ਮੈਨੂੰ ਲੱਗਦਾ ਉਦੋਂ ਬਾਈ ਕੁਲਵਿੰਦਰ ਬਾਈ ਸੀਗਾ ਜਿਹੜਾ ਥੋੜਾ ਜਿਹਾ ਗੱਡ ਕੇ ਤੇ ਚੱਕ ਕੇ ਥੋੜਾ ਜਿਹਾ ਮੈਟਰ ਵੀ ਉਦਾਂ ਦਾ ਚੱਕਣਾ ਮੈਟਰ ਸੀ ਉਦੋਂ ਕੁੜੀ ਮੁੰਡੇ ਦੀ ਤਰੀਹ ਹਜਾਰਾ ਚਲਦੀ ਹੁੰਦੀ ਸੀ ਹਾਂ ਇੱਕ ਵਧੀਆ ਸਾਫਟਵੇਅਰ ਤਰੀਕੇ ਨਾਲ ਤਾਰੀਫ ਕਰਨੀ ਜਾਂ ਹਿਪ ਹੌਪ ਚੱਲਦਾ ਸੀ ਜਦੋਂ ਹਿਪ ਹੌਪ ਨਹੀਂ ਕਹਿ ਸਕਦੇ ਪੌਪ ਚੱਲਦਾ ਸੀ ਜਿਹੜਾ ਦਲੇਰ ਮਨਦੀ ਸਾਹਿਬ ਤੇ ਜਸਪੀਰ ਜਸਾ ਸਾਹਿਬ ਉਹਨਾਂ ਨੇ ਉਹਦੇ ਗਾਣੇ ਗਾਏ ਉਹਨਾਂ ਟਾਈਮਾਂ ਦੇ ਵਿੱਚ ਇੱਕ ਡਿਫਰੈਂਟ ਕਲਾਸ ਸੀ ਕੁਲਵਿੰਦਰ ਭਾਈ ਦੀ ਤੇ ਉਹ ਮੈਨੂੰ ਬੜਾ ਅਟਰੈਕਟ ਕਰਦੀ ਸੀ ਹਾਂ ਜੀ ਹਾਂ ਜੀ ਉਹ ਮੈਂ ਜ਼ਰੂਰ ਤੁਹਾਡੇ ਸਾਹਮਣੇ ਪੇਸ਼ ਕਰਦਾ ਜੀ ਉਹਦਾ ਗੋਲ ਮੋਲ ਜਿਹਾ ਚਿਹਰਾ ਪਿੱਛੋਂ ਪਿਆ ਮੜੰਗਾ ਤੇਰਾ ਨਹੀਂ ਜਦੋਂ ਮੋੜ ਤੋਂ ਮੁੜੀਆ ਕਹਿਣਾ ਦੀ ਕੁੜੀਆ ਭਾਬੀ ਕਹਿਣਾ ਦੀ ਕੁੜੀਆ ਕਹਿਣਾ ਦੀ ਕੁੜੀਆ ਭਾਬੀ ਕਹਿਣਾ ਦੀ ਕੁੜੀਆ ਬਹੁਤ ਅੱਛੇ ਅੱਛਾ ਅਮਰਤ ਬਾਈ ਜੀ ਕੁਝ ਐਸੀਆਂ ਗੱਲਾਂ ਜਿਹੜੀਆਂ ਸਾਨੂੰ ਤੁਹਾਡੇ ਬਾਰੇ ਪਤਾ ਲੱਗੀਆਂ ਨੇ ਹਾਂਜੀ ਹੁਣ ਅਮਰਤ ਬਾਈ ਜੀ ਜਵਾਬ ਕੀ ਦੇਵੋਗੇ ਸਾਨੂੰ ਵੀ ਨਹੀਂ ਪਤਾ ਉਹਦਾ ਅਮਰਤ ਬਾਈ ਕਿਹੜੀ ਐਸੀ ਗੱਲ ਹੋ ਗਈ ਸੀ ਕਾਲਜ ਦੇ ਵਿੱਚ ਜਦੋਂ ਅਮਰਤ ਦਾ ਨਾਮ ਕੱਟਣ ਤੱਕ ਦੀ ਨੌਬਤ ਆ ਗਈ ਸੀ ਹਾਂ ਮੈਨੂੰ ਲੱਗਦਾ ਪਰ ਪਰ ਆ ਇੱਕ ਵਾਰੀ ਹੋਇਆ ਸੀ ਕਾਲਜ ਦੇ ਵਿੱਚ ਹਮ ਸਟ੍ਰਾਈਕ ਹੋਈ ਸੀ ਉਹ ਸਾਡਾ ਯਾਰ ਦੋਸਤ ਸੀਗਾ ਇੱਕ ਜੀਵਨ ਮੇਰਾ ਨਾਮ ਵੀ ਲਵਾਂਗਾ ਜੇ ਮੈਂਸ਼ਨ ਕਰਦਾ ਬਹੁਤ ਆਪਣਾ ਪਿਆਰ ਆ ਉਹਦਾ ਠੀਕ ਹੈ ਉਹਦਾ ਕੋਈ ਟੱਕਰ ਟੋਕਰ ਦਾ ਪੈ ਗਿਆ ਲੜਾਈ ਲੁੜਾਈ ਹੋ ਗਈ ਅੱਛਾ ਤੇ ਜਦੋਂ ਲੜਾਈ ਹੋ ਗਈ ਸਾਨੂੰ ਅਸੀਂ ਮੈਂ ਅਸੀਂ ਉੱਥੇ ਹੈ ਨਹੀਂ ਸੀਗੇ ਸਾਨੂੰ ਅਗਲੇ ਦਿਨ 2-3 ਘੰਟੇ ਬਾਅਦ ਪਤਾ ਲੱਗਿਆ ਹਾਂ ਜਦੋਂ ਲੜਾਈ ਹੋ ਗਈ ਤੇ ਉਹ ਸਾਨੂੰ ਕਹਿੰਦੇ ਅਗਲੇ ਦਿਨ ਅਸੀਂ ਕਾਲਜ ਆਏ ਉਹ ਪਤਾ ਲੱਗਿਆ ਵੀ ਉਹ ਮੁੰਡੇ ਨੂੰ ਸਸਪੈਂਡ ਕਰਤਾ ਓਏ ਹੋਏ ਅੱਛਾ ਮੇਰਾ ਸਾਡੀ ਕਰਾਰੀ ਤੇ ਅੜ ਗਈ ਵੀ ਜੇ ਦੋ ਜਣੇ ਲੜੇ ਆ ਤਾਂ ਦੋਨੋਂ ਨੂੰ ਸਸਪੈਂਡ ਕਰਨਾ ਚਾਹੀਦਾ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਤੁਸੀਂ ਇੱਕ ਜਣਾ ਸਾਡਾ ਸਸਪੈਂਡ ਨਾ ਕਰੋ ਲੜੇ ਇਹਦਾ ਦੋਨਾਂ ਦੀ ਗਲਤੀ ਹੋਣੀ ਆ ਤੁਸੀਂ ਦੋਨੇ ਜਣੇ ਸਸਪੈਂਡ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਜਿਵੇਂ ਜਿਵੇਂ ਹੁਣ ਆਪਾਂ ਯੰਗ ਹੁੰਨੇ ਖੂਨ ਗਰਮ ਹੁੰਦਾ ਵੀ ਐ ਨਹੀਂ ਜਿ ਐ ਕਰਵਾ ਐ ਨਹੀਂ ਜਿ ਜਿਵੇਂ ਆਪਾਂ ਕਰਦੇ ਹੁੰਨੇ ਹਾਲਾਂਕਿ ਹੁਣ ਅਫਸੋਸ ਹੁੰਦਾ ਹੁਣ ਅਫਸੋਸ ਹੁੰਦਾ ਤੇ ਐ ਵੀ ਹੁੰਦਾ ਯਾਰ ਵੀ ਕਿਹੜੇ ਕੰਮ ਕਰਦੇ ਰਹੇ ਉਹਨੂੰ ਤੇ ਫਿਰ ਉਦੋਂ ਅਸੀਂ ਸਾਰੇ ਇਕੱਠੇ ਆਪਣੇ ਸਾਰੇ ਸਾਰੇ ਕਾਲਜ ਨੇ ਸਾਫ ਦਿੱਤਾ ਅੱਛਾ ਸਾਰਾ ਕਾਲਜ ਇੱਕ ਪਾਸੇ ਹੋ ਗਿਆ ਸੀ ਕਿ ਲੈਕਚਰਾਂ ਤੋਂ ਬਾਹਰ ਨਿਕਲੇ ਜਿਹੜਾ ਸਾਰੇ ਅੱਛਾ ਅੱਛਾ ਇੱਥੋਂ ਤੱਕ ਪਿਆਰ ਸਾਰੇ ਕਰਦੇ ਸੀਗੇ ਸਾਰੇ ਤੇ ਉਹ ਫਿਰ ਸਟ੍ਰਾਈਕ ਤੱਕ ਦੀ ਨੌਬਤ ਆ ਗਈ ਸੀਗੀ ਤਾਂ ਫਿਰ ਸ਼ਾਮ ਨੂੰ ਅਸੀਂ ਫਿਰ ਉਹਨੂੰ ਨਾਲ ਦੇ ਜਿਹੜੇ ਮੁੰਡੇ ਲੜਾਈ ਹੋਈ ਸੀ ਉਹਨੂੰ ਫਿਰ ਅਸੀਂ ਸਸਪੈਂਡ ਕਰਾ ਕੇ ਹੀ ਸਾਲਿਆ ਵੈਰੀ ਨਾਈਸ ਅੱਛਾ ਕਿਹੜੀ ਕਲਾਸ ਦੇ ਵਿੱਚ ਅਮਰਤ ਨੇ ਪਹਿਲਾ ਪ੍ਰਪੋਜ਼ ਕਰਤਾ ਸੀ ਮੈਂ ਪੰਗਾ ਲਿਆ ਸੀਗਾ ਮੈਂ ਮੈਨੂੰ ਲੱਗਦਾ 11ਵਾਂ ਹੀ ਚ ਲਿਆ ਸੀ ਪੰਗਾ ਅੱਛਾ 11ਵਾਂ ਸਕਸੈਸਫੁਲ ਨਹੀਂ ਹੋਇਆ ਬਹੁਤ ਹੋਰ ਅੱਛਾ ਉਹ ਚ ਵਾਸੀ ਜਿਹੜੇ ਸਬਜੈਕਟ ਵੈਸੇ ਤੁਸੀਂ ਨੋਰਮੈਡੀਕਲ ਕੀਤੀ ਹੈ ਹਾਂਜੀ ਹਾਂਜੀ ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਆ ਕਿ ਵੀ ਤੁਹਾਡੇ ਘਰਦਿਆਂ ਨੂੰ ਇਹ ਪਤਾ ਸੀਗਾ ਕਿ ਮੈਨੂੰ ਆਪਾਂ ਕਿਹੜੀ ਲਾਈਨ ਚ ਪਾਣਾ ਹੈਗਾ ਤੁਹਾਡੇ ਘਰਦੇ ਖੁਦ ਐਜੂਕੇਟਿਡ ਰਹੇ ਹੈਗੇ ਕਿਸ ਹਿਸਾਬ ਤੋਂ ਤਾਂ ਜੇ ਮੈਂ ਪੁੱਛਾਂ ਮਰਾਤੇ ਕਿਹੜਾ ਸਬਜੈਕਟ ਐਸਾ ਰਿਹਾ ਹੈ ਜੀ ਤੋਂ ਤਾਪ ਚੜਦਾ ਰਿਹਾ ਤੁਹਾਨੂੰ ਪਲਸ 2 ਤੋਂ ਪਹਿਲਾਂ ਦੀ ਗੱਲ ਕਰ ਰਹੇ ਕਿਹੜਾ ਸਬਜੈਕਟ ਨਾ ਬਸ ਜਾਣ ਹੀ ਖਾਈ ਰੱਖਿਆ ਯਾਰ ਬੰਦੇ ਕਾਤੋਂ ਬਣ ਗਏ ਮੈਨੂੰ ਮੈਥ ਨੇ ਬਹੁਤ ਖਜਾਇਆ ਮੈਨੂੰ ਮੈਥਮੈਟਿਕਸ ਮੈਨੂੰ ਘਰੋਂ ਪੜ੍ਹ ਕੇ ਜਾਣਾ ਡੈਡੀ ਉਹਨਾਂ ਨੇ ਵੀ ਪੜਾ ਕੇ ਭੇਜਣਾ ਘਰੇ ਸਾਡੇ ਬਲੈਕਬੋਰਡ ਲੱਗਿਆ ਹੋਣਾ ਬੜਾ ਹੀ ਸਾਡੀ ਪੜ੍ਹਨ ਪੜਾਉਣ ਜਾਲਾ ਮਾਹੌਲ ਹੁੰਦਾ ਸੀ ਤੇ ਮੈਂ ਬੜੀ ਤਿਆਰੀ ਨਾਲ ਵੀ ਆਦ ਕੀ ਚੱਕ ਦਾਂਗੇ ਫੱਟੇ ਪਤਾ ਨਹੀਂ ਪੇਪਰ ਚ ਕੀ ਹੋ ਜਾਂਦਾ ਸੀ ਨਰਵਸੀ ਬਹੁਤ ਹੋ ਜਾਂਦਾ ਸੀ ਮੈਨੂੰ ਮੈਥ ਤੋਂ ਅੱਛਾ ਤੇ ਟ੍ਰਿਗਨੋਮੈਟਰੀ ਤਾਂ अच्छा ट्रिगनोमेट्री मैं बहुत डिजाइन थी ताकोस थीटा वो कि किथै यूज होने चाहिए चीज है ये कि चक्कर है मतलब मेनू मैं, मैं दिमाग जी नहीं बैठीया गला हां जी <laughs> ओके जे मैं मैथ ਤੋਂ ਇਲਾਵਾ ਗੱਲ ਕਰਾਂ ਕਿਹੜਾ ਸਬਜੈਕਟ ਅਸਾ ਜਿੱਤੇ ਬਾਧੂ ਪਰਚੀਆਂ ਤਾਂ ਭਰੀਆਂ ਹੀ ਪਈਆਂ ਹੁੰਦੀ ਸੀ ਪੇਪਰ ਤੇ ਉਹ ਕਿਹੜਾ ਰਿਆ ਮੇਰੀ ਅਸਲ ਦੇ ਵਿੱਚ ਨਾ ਪਰਚੀਆਂ ਕੰਨੀਓ ਮਾਰਾ ਨੇ ਬਚਾ ਕੇ ਰੱਖਿਆ ਪਰਚੀਆਂ ਨਹੀਂ ਇੱਕ ਨਾ ਮੂਰੇ ਮੁੰਡਾ ਬੰਦਾ ਹੁੰਦਾ ਸੀ ਬੀਟੈਕ ਦੇ ਵਿੱਚ ਵੀ अच्छा ਅਮਿਤੇਸ਼ ਨਾਮ ਆਦਾ ਹੀ ਮਾਚਲਦਾ ਅੱਛਾ ਅੱਜ ਵੀ ਡਿਗਰੀ ਦੇ ਉਨੇ ਵੀ ਹੈਲਪ ਬਹੁਤ ਕਰਾਈ ਅੱਛਾ ਪਰ ਇੰਨਾ ਉਹ ਮੈਨੂੰ ਪੇਪਰ ਦੁਬਾਰਾ ਕਹਿੰਦਾ ਯਾਰ ਕਹਿੰਦਾ ਤੈਨੂੰ ਨਕਲ ਬੜਾ ਕੇ ਸਵਾਦ ਵੜਾਉਂਦਾ ਮੈਂ ਕਿਉਂ ਕਹਿੰਦਾ ਯਾਰ ਤੂੰ ਜਾਨ ਜੀ ਨਹੀਂ ਖਾਂਦਾ ਆਰਾਮ ਨਾਲ ਬੈਠਾ ਰਹਿਣਾ ਵੀ ਜਦੋਂ ਦਿਖਾਉਣਾ ਹੋਵੇ ਦਿਖਾ ਦਊਗਾ ਦੋ ਲਾਈਨਾਂ ਉਹਦੀਆਂ ਲਿਖ ਕੇ ਤੇ ਉਹਨੂੰ ਆਪ ਦੇ ਵੱਲੋਂ ਕਰ ਕਰਾ ਕੇ ਜੇ ਤੇ ਮਤਲਬ ਘੱਟ ਨਕਲ ਮਾਰਨੀ ਹਾਂ ਪੇਪਰ ਮੁੜ ਕੇ ਸਾਰਾ ਆਪ ਦਾ ਕਰਨਾ ਹੈਂਟ ਲੈ ਕੇ ਐਦਾਂ ਦਾ ਕੁਝ ਰਿਹਾ ਸੀ ਉਹਦੇ ਨਾਲ ਤੇ ਰਿਲੇਸ਼ਨ ਤੇ ਉਹ ਬੜਾ ਖੁਸ਼ ਹੁੰਦਾ ਸੀ ਉਹਨੂੰ ਪਤਾ ਹੁੰਦਾ ਸੀ ਵੀ ਇਹਨੇ ਮੈਨੂੰ ਮਰਗ ਨੂੰ ਛੇੜਨਾ ਨਹੀਂ ਹਾਂ ਉਹਨੇ ਆਪ ਹੀ ਵਿਚਾਰੇ ਨੇ ਆਏ ਜਿਹੜਾ ਜਾ ਕੇ ਕਰ ਦੇਣਾ ਵੀ ਚੱਲ ਯਾਰ ਦੇਖ ਲੈ ਦੇਖ ਲੈ ਅਰੇ ਬਹੁਤ ਸੀ ਅੱਛਾ ਅਮਰਤ ਜਿਹੜੇ ਸਕੂਲਸ ਜਿਹੜੇ ਕਾਲਜ ਚ ਪੜਿਆ ਹੈ ਅਮਰਤ ਜਦੋਂ ਉੱਥੇ ਦੁਬਾਰਾ ਜਾਣ ਦਾ ਮੌਕਾ ਮਿਲਿਆ ਤਾਂ ਕਿੱਦਾਂ ਦਾ ਉਹ ਸੁਆਦ ਸੀ ਯਾਰ ਇੱਥੇ ਪੜੇ ਐ ਤੇ ਹੁਣ ਨਵੀਂ ਪਨੀਰੀ ਉੱਥੇ ਆਈ ਐ ਨਵੇਂ ਯੰਗ ਜਨਰੇਸ਼ਨ ਉੱਥੇ ਹੋਰ ਐ ਜਿਹੜੀ ਨਵੇਂ ਐ ਤੁਹਾਡੇ ਤੋਂ ਬਾਅਦ ਤੇ ਉਹ ਮਾਹੌਲ ਕਿੱਦਾਂ ਦਾ ਰਿਹਾ ਮੈਂ ਕਨਵੋਕੇਸ਼ਨ ਤੇ ਮੈਂ ਗਿਆ ਸੀ ਮੇਰਾ ਨਾ ਦੇਸੀ ਦਾ ਡਰਮ ਤੇ ਮਸਤੇ ਮਸ਼ੂਗਾਨਾ ਆ ਲਿਆ ਸੀ ਸਭ ਨੂੰ ਪਤਾ ਸੀ ਪਿਆਰ ਮਿਲਿਆ ਸੀ ਗਾਣ ਮੈਂ ਆਇਆ ਕਨਵੋਕੇਸ਼ਨ ਤੇ ਤੇ ਸਭ ਕੁਝ ਸਾਇਲੈਂਟ ਸੀਗਾ ਕਿਉਂਕਿ ਚੱਲ ਰਿਆ ਸੀ ਮੈਂ ਆਇਆ ਤੇ ਬੈਠ ਗਿਆ ਐਜ਼ ਅ ਸਟੂਡੈਂਟ ਵਾਂਗ ਜੀ ਮੈਂ ਆਪਣ ਨੂੰ ਚਾਹੀਦਾ ਹੈ ਬੇਜ ਕਰਨਾ ਉਦੋਂ ਹੀ ਮੈਂ ਉੱਪਰ ਡਿਗਰੀ ਲੈਣ ਗਿਆ ਉਦੋਂ ਹੀ ਸਾਰਾ ਕੁਝ ਹੋਇਆ ਹੋਰ ਤੱਕ ਸਭ ਕੁਝ ਸ਼ਾਂਤ ਸੀ ਮੈਂ ਵੀ ਆ ਕੇ ਸੋਚਿਆ ਮੈਂ ਕਿਹਾ ਯਾਰ ਵੀ ਐਡਾ ਮਾਹੌਲ ਹੈ ਨਹੀਂ ਮੈਂ ਕਿਹਾ ਲੋਕ ਆਊਟ ਆਫ ਸਟੇਟ ਵੀ ਬਹੁਤ ਨੇ ਮੈਂ ਹੋ ਸਕਦਾ ਤੇ ਘਟ ਜਾਣਦੇ ਹਾਂ ਜਦੋਂ ਕਨਵੋਕੇਸ਼ਨ ਨਿਬੜੀ ਜਦੋਂ ਮੈਂ ਬਾਹਰ ਆਇਆ ਮਤਲਬ ਉਦੋਂ ਤਾਂ ਫਿਰ ਇੰਨਾ ਪਿਆਰ ਮਿਲਿਆ ਸਾਰਿਆਂ ਤੋਂ ਸਾਰੇ ਕਾਲਜ ਤੋਂ ਹੀ ਮਤਲਬ ਮੈਂ ਸ਼ਬਦਾਂ ਨੇ ਬਿਆਨ ਕਰ ਸਕਦਾ ਜਿਹੜੀ ਉਹ ਖੁਸ਼ੀ ਸੀਗੀ ਹਾਂ ਜਿੱਥੇ ਕਿਤੇ ਪੜ੍ਹਦੇ ਰਹੇ ਆ ਉਸੇ 스테ਜ ਤੇ ਡਿਗਰੀ ਲਈ ਜਿੱਥੇ ਗਾਉਂਦੇ ਰਹੇ ਆ ਓਏ ਹੋਏ ਤਾਂ ਫਿਰ ਉਹ ਤਾਂ ਕਮਾਲ ਹੀ ਸੀ ਬਸ ਸਹੀ ਗੱਲ ਹੈ ਕਿ ਉਹਨਾਂ ਸਟੂਡੈਂਟਸ ਉਹਨਾਂ ਟੀਚਰਜ਼ ਨਾਲ ਤੁਸੀਂ ਬੈਠੇ ਜਿਨ੍ਹਾਂ ਨਾਲ ਰਹਿਣਾ ਜਿਨ੍ਹਾਂ ਨਾਲ ਮਖੌਲ ਹਾਸਾ ਕਰਦੇ ਰਹੇ ਆ ਜਦੋਂ ਉਹ ਬੰਦੇ ਕਹਿੰਦੇ ਯਾਰ ਆ ਜਾ ਉੱਪਰ ਸੈਲਫੀ ਕਰਾਈਏ ਤੇਰੇ ਨਾਲ ਉਹ ਦਿਲੋਂ ਬੜਾ ਖੁਸ਼ੀ ਆਉਂਦੀ ਸੀ ਨਾਲੇ ਉਹਨਾਂ ਨੇ ਐਜ਼ ਅ ਸਿੰਗਰ ਨਹੀਂ ਕਰਦੇ ਸੋਚਿਆ ਪਿਆਰ ਬਹੁਤ ਕਰਦੇ ਹੁਣ ਵੀ ਉਦੋਂ ਬੜਾ ਦਿਲਚਸਪ ਹੋਇਆ ਕਿਰ ਕੁਛ ਨਾ ਕੁਛ ਆਪਾਂ ਵੀ ਕੀਤਾ ਬਹੁਤ ਸਹੀ ਹੁਣ ਇੰਨੀਆਂ ਗੱਲਾਂ ਦੇ ਜਵਾਬ ਜੇ ਅਮਰਤ ਨੇ ਦਿਲੋਂ ਦੇਤੇ ਤੇ ਆ ਗੱਲ ਦਾ ਵੀ ਜਵਾਬ ਦਿਲੋਂ ਹੀ ਆਣ ਦੇ ਅਮਰਤ ਹਾਂਜੀ ਹਾਂਜੀ ਹਾਂ ਕਹਿੰਦੇ ਕਿ ਵੀ ਜਿਵੇਂ ਕਲਾਸ ਦੇ ਵਿੱਚ ਹੱਥ ਬਾਹਾਂ ਖੜੇ ਕਰਨੀਆਂ ਮੁਰਗਾ ਬਣਨਾ ਇਹ ਆਮ ਹੀ ਰਹਿੰਦਾ ਹੈ ਹੈਨਾ ਪਰ ਜਿਵੇਂ ਸਭ ਤੋਂ ਵੱਡੀ ਪਨਿਸ਼ਮੈਂਟ ਪੁੱਛਾਂ ਅਮਰਤ ਨੂੰ ਕਿਹੜੀ ਮਿਲੀ ਹੈ ਸਕੂਲ ਕਾਲਜ ਕਿਹੜੀ ਮੈਨੂੰ ਅਸਲ ਦੇ ਵਿੱਚ ਸਭ ਤੋਂ ਵੱਡੀ ਇੱਕ ਤਾਂ ਕਰਤਾ ਰਹੀ ਯਾਰ ਅੱਬ ਦੀ ਮੈਨੂੰ ਕਿਸੇ ਨੇ ਮੁਰਗਾ ਨਹੀਂ ਬਣਾਇਆ ਮੁਰਗਾ ਮੈਂ ਅਜੇ ਤੱਕ ਨਹੀਂ ਬਣਿਆ ਆ ਤੇ ਇਸ਼ਾਰਾrti ਨਹੀਂ ਸੀ ਕਿਉਂਕਿ ਨਾ ਮੋੜਾ ਮੋਟਾ ਹਾਸਾ ਖੇਡਾ ਜਾ ਕਰੀ ਜਾਣਾ ਡਿਗਰੀ ਦੇ ਵਿੱਚ ਇੰਨਾ ਪਿਆਰ ਸੀ ਟੀਚਰਸ ਦੇ ਨਾਲ ਸਾਡੀ ਸ਼ੁਰੂ ਤੋਂ ਮੇਰੀ ਇਹ ਰਹੀ ਹੈ ਥਾਟ ਤੇ ਸਾਰਿਆਂ ਦੀ ਰਹਿਣੀ ਨਹੀਂ ਚਾਹੀਦੀ ਹੈ ਕਿ ਜੇ ਮੇਰਾ ਪੜ੍ਹਨ ਦਾ ਮੂਡ ਹੈ ਨਹੀਂਗਾ ਲੈਕਚਰ ਲਾਉਣ ਦਾ ਮੇਰਾ ਮੂਡ ਹੈ ਨਹੀਂਗਾ ਵੀ ਮੈਂ ਮੈਂ ਪੜਨ ਵਾਲੇ ਨੂੰ ਤੰਗ ਨਹੀਂ ਸੀ ਕਰਦਾ ਮੈਂ ਬਹਿ ਜਾਂਦਾ ਸੀ ਚੁੱਪ ਰਹਿੰਦਾ ਸੀ ਨੀਂ ਨੀ ਬਾ ਕੇ ਬੈਠਾ ਹਾਂ ਜੇ ਮੇਰਾ ਨਹੀਂ ਸੁਣਨ ਦਾ ਮੂਡ ਚਲੋ ਐਦਾਂ ਹੋਣਾ ਨਹੀਂ ਚਾਹੀਦਾ ਜੇ ਤੁਸੀਂ ਗਾਇਆਂ ਤਾਂ ਪੜਨਾ ਚਾਹੀਦਾ ਨੀਂ ਨੀ ਬਾ ਕੇ ਮੈਂ ਬੈਠਾ ਰਹਿਣਾ ਚੁੱਪ ਚਾਪ ਜੋ ਲੈਕਚਰ ਨਿਪਟ ਜਾਣਾ ਮੋੜ ਕੇ ਚੌੜ ਕਰੀ ਜਾਂ ਨਹੀਂ ਲੈਕ ਟੀਚਰਸ ਨੂੰ ਇਹ ਗੱਲ ਬੜੀਆ ਬਹੁਤ ਲੱਗਦੀ ਸੀ ਉਹਨਾਂ ਨਾਲ ਪਿਆਰ ਸੀ ਇੱਕ ਪੁਨਿਸ਼ਮੈਂਟ ਮੈਨੂੰ ਯਾਦ ਆ ਮੈਂ 10ਵੀਂ ਦੇ ਵਿੱਚ ਸੀਗਾ ਕਲਾਸ ਵੀ ਬੋਰਡ ਦੀ ਹੁੰਦੀ ਆ ਬੜਾ ਸੀਰੀਅਸੀ ਸਾਡੇ ਕੋਲ ਸੀਗੀ ਉਦੋਂ ਇੱਕ ਭੰਗੜੇ ਭੁੰਗੜੇ ਸਾਡਾ ਇੱਕ ਮਿੱਤਰਾ ਗਰਨਾਯਾ ਹਾਂ ਹੋਣੇ ਕਿਤੇ ਸ਼ੁਗਲ ਸ਼ਗਲ ਕਰਤਾ ਕਿਸੇ ਨੂੰ ਉਹ ਫਿਰ ਉਹੀ ਗੱਲ ਫਿਰ ਸਟੈਂਡ ਵਾਲੀ ਗੱਲ ਹਾਂ ਉਹ ਕਹਿੰਦੇ ਜੀ ਅਸੀਂ ਐ ਕਰਕੇ ਸਸਪੈਂਡ ਕਰਾਂਗੇ ਅਸੀਂ ਐ ਕਿ ਐਸੀ ਵੀ ਨਾਲ ਹੋਵਾਂਗੇ ਅੱਛਾ ਫਿਰ ਨਾਲ ਹੋ ਗਈ ਵਾਹ ਫਿਰ ਉਹ ਚੀਜ਼ਾਂ ਹੁਣ ਯਾਦ ਆਉਂਦੀਆਂ ਹਨ ਗਾਰੀ ਸ਼ੁਰੂ ਤੋਂ ੜੀਆਂ ਰਹੀਆਂ ਹਾਂ ਦੀਆਂ ਦੀਆਂ ਅੱਛਾ ਦੇਖੋ ਇਹ ਮੈਂ ਹਟ ਕੇ ਇਹ ਗੱਲਾਂ ਤਾਂ ਕਰ ਰਿਹਾ ਕਿਉਂਕਿ ਜਿਹੜੇ ਤੁਹਾਡੇ ਫੈਨ ਹਨ ਨਾ ਉਹ ਤੁਹਾਡੀ ਇਹ ਗੱਲਾਂ ਬਾਰੇ ਜਾਣਦੇ ਨਹੀਂ ਹੈਨਾ ਤੇ ਇੱਕ ਗੱਲ ਹੋਰ ਤੇ ਜਿਵੇਂ ਕਾਲਜ ਵਾਲਾ ਜਿਹੜਾ ਦੌਰ ਗੁਜ਼ਰਿਆ ਉਸ ਤੋਂ ਬਾਅਦ ਵਾਲਾ ਜਿਹੜਾ ਦੌਰ ਗੁਜ਼ਰਿਆ ਗਾਣੇ ਆਉਣ ਤੋਂ ਪਹਿਲਾਂ ਵਾਲਾ ਜਿਹੜਾ ਦੌਰ ਗੁਜ਼ਰਿਆ ਆਉਣ ਤੋਂ ਪਹਿਲਾਂ ਵਾਲਾ ਗੱਲ ਡੜ ਦੁਰਗ ਸਭ ਤੋਂ ਵੱਧ ਚਲਾਨ ਅਮਰਤ ਨੇ ਕਿਹੜੀ ਗੱਲ ਪਿੱਛੇ ਘਟਾਏ ਮੈਂ ਹੈਲਮਟ ਨਹੀਂ ਮੱਲਾ ਤੇ ਗੀਫਾਇਰ ਹੈਲਮਟ ਨਹੀਂ ਪਾਇਆ ਬਹੁਤ ਘੱਟ ਬਹੁਤ ਘੱਟ ਹਾਂ ਹੈਲਮਟ ਖਰਾਬ ਹੁੰਦੇ ਯਾਰ ਤਾਂ ਨਹੀਂ ਪਾਣਾ ਬਾਲ ਵੀ ਦੀ ਮੁੰਡਕ ਘਬਰਾਟ ਬਾ ਆਉਂਦੀ ਸੀ ਉਹ ਚ ਮੈਂ ਹੈਲਮਟ ਮੈਂ ਭਾ ਘੱਟ ਪਾਇਆ ਹਾਂ ਚਲਾਨ ਕਟਾਏ ਜਰੂਰ ਹੈ ਲਾਲ ਬੱਤੀ ਦੇ ਕਟਾਏ ਸਭ ਤੋਂ ਜਿਆਦਾ ਅੱਛਾ ਲਾਲ ਬੱਤੀ ਦੇ ਕਟਾਨ ਹੋਏ ਆ ਚਲਾਨ ਡਾਕੂਮੈਂਟ ਨਾ 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 ਚੱਲੀ ਹੈ ਆਓ ਮੇਰੇ ਚਾਰ ਪੰਜ ਚਲਾਨ ਜਰੂਰ ਹੋਏ ਅੱਛਾ ਹਾਂਜੀ ਹਾਂਜੀ ਓਕੇ ਅੱਛਾ ਜੇ ਮੈਂ ਸੁਪੋਜ਼ ਲਾਸਟ ਫਿਲਮ ਕਿਹੜੀ ਦੇਖੀ ਹੈ ਲਾਸਟ ਫਿਲਮ ਪੂਰੀ ਮੈਨੂੰ ਲੱਗਦਾ ਮੈਂ ਹਾਂ ਰੱਬ ਦਾ ਰੇਡੀਓ ਜ਼ਰੂਰ ਦੇਖੀ ਐ ਮੈਂ ਉਹਦੇ ਪ੍ਰੀਮੀਅਰ ਤਾਂ ਗਿਆ ਸੀ ਆਹਾਂ ਤਾਂ ਉਹ ਮੈਂ ਪਿਛਲੇ ਅੱਧੇ ਘੰਟੇ ਦੀ ਫਿਲਮ ਜੀ ਦੂਰ ਦੇਖੀ ਐ ਲਾਸਟ ਫਿਲਮ ਐ ਉਹ ਦੇਖੀ ਐ ਅੱਛਾ ਹਾਂਜੀ ਹਾਂਜੀ ਤੇ ਲਾਸਟ ਫਿਲਮ ਐਸੀ ਕਿਹੜੀ ਦੇਖੀ ਜਿਹੜੀ ਵਿਚੋਂ ਹੀ ਛੱਡ ਕੇ ਚੱਲੇ ਆਏ ਸੀਗੇ ਇਹ ਤਾਂ ਤੁਸੀਂ ਵੈਸੇ ਤੁਹਾਨੂੰ ਕੰਮ ਹੋਣਾ ਤਾਂ ਤੁਸੀਂ ਵਿਚੋਂ ਛੱਡਿਓ ਨਹੀਂ ਪਰ ਜਿਹੜੀ ਜਿਹਦੇ ਤੁਹਾਨੂੰ ਐ ਹਾਲੇ ਬਾਈ ਬੈਠ ਨਹੀਂ ਹੋਣਾ ਬਸ ਚੱਲੀਏ ਹੁਣ ਬਾਈ ਇਹ ਜਿਕੇ ਨੂੰ ਵੀ ਰੇ ਇੱਕ ਮੈਂ ਪਤਾ ਨਹੀਂ ਪੰਜਾਬੀ ਨਹੀਂ ਮੈਂ ਬਾਲੀਵੁੱਡ ਦੀ ਗੱਲ ਕਰ ਰਿਹਾ ਚਲੋ ਪੰਜਾਬੀ ਤੁਸੀਂ ਨਾ ਵੀ ਕਰੋ ਤੁਸੀਂ ਇੱਥੇ ਹੀ ਵਿਚਰਨਾ ਬਾਕੀ ਸਿੰਗਰਾਂ ਦੇ ਜਿਵੇਂ ਬਾਲੀਵੁੱਡ ਦੀ ਗੱਲ ਕਰ ਰਿਹਾ ਹਾਂ ਇੱਕ ਇੱਕ ਬਾਲੀਵੁੱਡ ਦੀ ਮੂਵੀ ਸੀਗੀ ਮੈਨੂੰ ਲੱਗਦਾ ਹੁਣ ਮੇਰੇ ਦਿਮਾਗ ਚ ਇਹ ਜ਼ਹਿਨ ਚ ਇਹ ਪਲੱਸ 1 ਦੀ ਗੱਲ ਹੈ ਅੱਛਾ ਇੱਕ ਮੈਂ ਮੈਨੂੰ ਐਕਟਰ ਵਧੀਆ ਲੱਗਦੇ ਹੁੰਦੇ ਸੀਗੇ ਜਿਵੇਂ ਆਪਾਂ ਉਹਨਾਂ ਦੀ ਮੂਵੀ ਨਸੀਰੁद्दीन ਸ਼ਾਹ ਸੀਗੀ ਉਹ ਮੂਵੀ ਦੇ ਵਿੱਚ ਨਾਨਾ ਪਟੇਕਰ ਸੀਗੇ ਅੱਛਾ ਨਾਨਾ ਪਟੇਕਰ ਸੀ ਮੇਰਾ ਖਿਆਲ ਹਾਂ ਮੈਨੂੰ ਤਾਂ ਹੁਣ ਉਹ ਐਕਟਰ ਵਧੀਆ ਲੱਗਦੇ ਸੀ ਮੈਨੂੰ ਐਸੀ ਫਿਲਮ ਦੇਖਣੀ ਚਾਹੀਦੀ ਹੈ। ਹਾਂ। ਨਾਲ ਦੇ ਨੂੰ ਹੁਣ ਹੁੰਦਾ ਨਾ ਵੀ ਸੁਪਰਸਟਾਰ ਹੋਵੇ ਚ ਕੋਈ ਦੂਜਾ ਐਕਟਰ ਵੱਡਾ ਵੀ ਫੇਰ ਜਾਣ ਦਾ ਫਾਇਦਾ ਹੈ। ਹਾਈਪ ਹੋਵੇ ਫਿਲਮ ਦੀ। ਕੋਈ ਕਾਫੀ ਨਾਲ ਰਿਲੇਟਡ ਕੋਈ ਐਦਾਂ ਦੀ ਫਿਲਮ ਦਾ ਨਾਮ ਸੀਗਾ। ਹੂੰ। ਤੁਸੀਂ ਦੇਖਿਓ ਕਲਿੱਪ ਜਿਆ ਬੜਾ ਮਸ਼ਹੂਰ ਹੋਇਆ ਜਿੱਥੇ ਨਾਨਾ ਪਾਟੇ ਕਰੋ ਡਾਂਸ ਜਿਆ ਕਰਦੇ ਅੱਗੇ ਵੀ ਲਿਆ ਪੈਸੇ ਦੇ। ਇੱਕ ਕਲਿੱਪ ਮਸ਼ਹੂਰ ਹੋਇਆ। ਉਹ ਮੂਵੀ ਸੀਗੀ ਉਹ। ਉਹ ਮੂਵੀ ਮੈਂ ਦੇਖਣ ਗਿਆ ਸੀ। ਨਾਲੇ ਦਾ ਨਾਲ ਦੇ ਅੱਖਾਂ ਕੱਢੀਆਂ। हां जदों की एड़ी एंटरटेनिंग है नहीं सीगी और नाल दे खं गड्डियां ने वो वो भी किथे ਲੈ ਕੇ ਬਿਠਾਤਾ ਇਹਨੇ ਚੰਗਾ ਭੜਾ ਬੰਕ ਮਾਰਿਆ ਸੀਗਾ ਉਹ ਸਾਰਾ ਨਾਲੇ ਉਹਨਾਂ ਤੋਂ ਵੀ ਗਾਲਾਂ ਲਈਆਂ ਨਾਲੇ ਇੰਟਰਵਲ ਚ ਬਾਹਰ ਆ ਗਏ ਫਿਰ ਤੇ ਉਹਨਾਂ ਨੂੰ ਠਾ ਲੈ ਗਏ ਚਲੋ ਚੱਲ ਚੱਲੀਏ ਉਹਨਾਂ ਨੇ ਨਹੀਂ ਉਹਨਾਂ ਨੇ ਮੈਨੂੰ ਕਢੀਸ ਲਿਆ ਉੱਥੇ ਅਰੇ ਵਾਹ ਸਭੀ ਕਹਿੰਦਾ ਯਾਰ ਚੱਲ ਤੂੰ ਬਹਾਪੂਰ ਕਰ ਲਿਆ ਤੇ ਤੇ ਅਮਰਤ ਭਾਈ ਕਿਹੜਾ ਐਕਟਰ ਬਾਲੀਵੁੱਡ ਦਾ ਐਸਾ ਹੈ ਜੀ ਦੀ ਤਲਬ ਰਹਿੰਦੀ ਹੈ ਯਾਰ ਇਹਦੀ ਫਿਲਮ ਆ ਗਈ ਤਾਂ ਦੇਖਣੀ ਹੈ ਕਿਹੜੇ ਐਕਟਰ ਦਾ دیਵਾਨਾ ਹੈ ਕਿ ਅਦਾਕਾਰੀ ਹੋਵੇ ਤਾਂ ਇਹਦੇ ਅਰਗੀ ਹੋਵੇ ਨਹੀਂ ਤਾਂ ਯਾਰ ਫਾਇਦਾ ਹੀ ਕੋਈ ਨਹੀਂ ਹਾਂਜੀ ਇੱਕ ਧੰਨਵਾਦ ਉਸਦின் ਸਦੀਕੀ ਅੱਜਕੱਲ ਬੜੀ ਜ਼ਬਰਦਸਤ ਉਹਨਾਂ ਦੀ ਐਕਟਿੰਗ ਲੱਗਦੀ ਹੈ ਆਮਰ ਖਾਨ ਸਾਹਿਬ ਕਿਉਂਕਿ ਜਦੋਂ ਕੋਈ ਬੰਦਾ ਫਿਲਮ ਲਈ ਇੰਨੀ ਮਿਹਨਤ ਕਰਦਾ ਹੈਗਾ ਆਪਣੇ ਸਰੀਰ ਨਾਲ ਹੀ ਤਿੰਨ ਚਾਰ ਵਾਰੀ ਖੇਡਦਾ ਹੈ ਕਦੇ ਵਧਾ ਲਿਆ ਕਦੇ ਘਟਾ ਲਿਆ ਆਪਣੀ ਕੋ ਜ਼ਿੰਦਗੀ 'ਚ ਇੱਕ ਵਾਰੀ ਘਟਾ ਕੇ ਆਪਾਂ ਮਹਿਸੂਸ ਕਰਦੇ ਹਾਂ ਕਿ ਸਿਰ ਹਿਲਾਦਾ ਯਾਰ ਸਹੀ ਗੱਲ ਸਾਲਾਂ ਨੇ ਟਾਈਮ ਤੇ ਮਹੀਨੇ ਕਿਲੋ ਦਾ ਹੁੰਦਾ ਸੀ ਹਰ ਮਹੀਨੇ ਹਾਂ ਵੀ ਤੁਹਾਨੂੰ ਟਾਰਗੇਟ ਮਿਲਿਆ 6 ਮਹੀਨਾ ਦਾ ਘਟਾਉਣਾ ਵੀ ਹੈ ਵਧਾਉਣਾ ਵੀ ਹੈ ਤੇ ਫੇਰ ਘਟਾਉਣਾ ਹੈ ਓਏ ਹੋਏ ਉਹ ਇੱਕ ਬਹੁਤ ਜ਼ਿਆਦਾ ਮਿਹਨਤ ਹੈ ਤੇ ਮਿਹਨਤ ਨੂੰ ਦੇਖਦੇ ਹੋਏ ਸਾਨੂੰ ਅਸੀਂ ਵੀ ਮੋਟੀਵੇਟ ਹੁੰਨੇ ਆ ਤਾਂ ਮੈਨੂੰ ਅਮਰ ਖਾਨ ਸਾਹਿਬ ਤੇ ਨਵਾਜ਼ੁਦਿਨ ਸਦੀਕੀ ਇਰਫਾਨ ਖਾਨ ਇੱਕ ਹੋਰ ਆਰਟਿਸਟ ਨੇ ਤਿੰਨ ਆਰਟਿਸਟ ਮੈਨੂੰ ਜ਼ਰੂਰ ਲੱਗਦੇ ਨੇ ਜਿਹੜੇ ਵਾਕਈ ਤੇ ਕਿਹੜੀ ਐਕਟ੍ਰੈਸ ਦੀਆਂ ਫੋਟੋਆਂ ਜੇਬ ਚ ਰੱਖੀਆਂ ਐ ਅਮਰਦ ਨੇ ਜੇਬ ਜੇਬ ਚ ਨਹੀਂ ਰੱਖੀਆਂ ਦੀ ਅੱਛਾ ਜੇਬ ਚ ਕਦੇ ਨਹੀਂ ਰੱਖੀਆਂ ਪਰ ਹਾਂਜੀ ਹਾਂਜੀ ਪਰ ਉਦਾਂ ਮੈਨੂੰ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਮੈਨੂੰ ਦੀਪਿਕਾ ਪਾਦੂ ਉਹਨਾਂ ਦੀ ਐਕਟਿੰਗ ਮੈਨੂੰ ਬੜੀ ਲਾਈਕ ਵਧੀਆ ਲੱਗਦੀ ਹੈ ਉਹ ਮੈਨੂੰ ਉਹ ਐਕਟਿੰਗ ਵੀ ਬਹੁਤ ਅੱਛੀ ਲੱਗਦੀ ਹੈ। ਅਰੇ ਵਾਹ ਅਰੇ ਵਾਹ। ਹਾਂਜੀ। ਚਲੋ ਗੁੱਡ ਹੈ। ਅ ਅਮਰਤ ਭਾਈ ਸਾਡੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਨੇ। ਇਹ ਅੱਜ ਆਪਣੀਆਂ ਗੱਲਾਂ ਇੱਥੇ ਚੱਲੀਆਂ ਆਪਾਂ ਇਹਨਾਂ ਨੂੰ ਪੌਜ਼ ਕਰਦੇ ਹਾਂ ਇੱਥੇ। ਅਗਲੀ ਵਾਰੀ ਮੁਲਾਕਾਤ ਹੋਏਗੀ ਗੱਲਾਂ ਬਾਤਾਂ ਇੱਥੇ ਹੀ ਚੱਲਦੇ ਰਹਾਂਗੇ। ਜ਼ਰੂਰ ਜ਼ਰੂਰ। ਔਰ ਮੈਂ ਜਾਂਦੇ-ਜਾਂਦੇ ਚੈਰਕ ਕਹਿ ਰਿਹਾ ਸੀਗਾ ਇੱਕ ਵਾਰੀ ਫਿਰ ਮੁੱਛੇ ਮੁੱਛਾ ਵਾਲਾ ਗਾਣਾ ਹੋ ਜਾਏ ਨਜ਼ਾਰਾ। ਹਾਂਜੀ। ਹਾਂਜੀ। ਹਾਂ ਦਾ ਮਸ਼ੂਕ ਤੇ ਮੁੱਛਾ ਆਇਕ ਵਈ। ਬਾਦ ਅਤਤ ਖਾਨ ਨਹੀਂ ਅਸੀਂ ਖਾਨਿਆਂ ਸ਼ਿਕਾਰ ਸਦਾ ਠਾਰ ਕੇ ਵਿਰਸ ਮਾਰ ਕੇ ਖੁੱਲਾ ਖਾਨਿਆਂ ਤੇ ਗੁਰੂ ਘਰੇ ਜਾਂਨਿਆਂ ਬਾਬੇ ਨਾਨਕ ਨੇ ਸੁੱਖ ਰੱਖਿਆ ਲੋਕਾਂ ਨੇ ਮਨੋਕ ਰੱਖੀ ਹੋਣੀਆਂ ਪਰ ਮਿੱਤਰਾਂ ਨੇ ਮੁੱਛ ਰੱਖਿਆ ਅਰੇ ਵਾਹ ਜੀਓ 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 ਹਮੇਸ਼ਾ ਚੜ੍ਹਦੀਆਂ ਕਲਾਵਾਂ ਚਰੋ ਸਾਡੀਆਂ ਦਿਲੋਂ ਦੁਆਵਾਂ